ਅਸਲਾਮ ਵਾਲੇਕਮ ਜੀ तमाम ਮੇਰੇ ਦੋਸਤਾਂ ਨੂੰ ਪਰਦੇਸੀਆਂ ਨੂੰ ਔਰ ਪਾਕਿਸਤਾਨ ਚ ਰਹਿਣ ਵਾਲਿਆਂ ਨੂੰ ਜਿਤਨੇ ਮੇਰੇ ਦੋਸਤ ਨੇ ਸਾਰੇ ਨੂੰ ਅਸਲਾਮ ਵਾਲੇਕਮ ਮੇਰੀ ਤਰਫੋਂ ਮੈਂ ਤੁਹਾਡਾ ਆਪਣਾ ਕਮਰਬਾਸ ਮਗਲ ਮੈਂ ਆਇਆ ਜਨਾਬ ਮੇਰੀ ਅੱਜ ਹੈ ਵੇਖਣ ਆਪਣੀ ਇਹ ਜਵਾਰ-ਸ਼ਵਾਰ ਹੈ ਉਹ ਮੱਜਾਂ ਦੇ ਸਾਹਮਣੇ ਤੇ ਮੈਂ ਕਿਹਾ ਫੇਰਾ ਟੋਰਾ ਮਾਰੀਏ ਇੱਧਰ ਤੇ ਔਰ ਤੁਸੀਂ ਸੁਣਾਓ ਜਿੱਥੇ-ਜਿੱਥੇ ਹੈ ਉਹ ਅੱਲਾਹ ਦੀ ਜ਼ਾਤ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਇਹ ਪੱਠੇ ਗੱਡੇ ਨੇ ਆ ਜਨਾਬ ਤੁਹਾਨੂੰ ਮੱਜਾਂ ਨਜ਼ਰ ਆ ਰਹੀਆਂ ਨੇ ਅੱਜ ਮੈਂ ਇੰਜੇ ਨਿਕਲਿਆ ਠੰਡਾ ਜਿਹਾ ਮੌਸਮ ਬਣਿਆ ਤੇ ਮੌਸਮ ਬੜਾ ਸੋਹਣਾ ਬਣਿਆ ਠੰਡਾ ਜਿਹਾ ਤੇ ਮੱਜਾਂ ਲ ਫੇਰਾ ਮਾਰਨ ਆਇਆ ਇਹ ਪੱਠਿਆਂਲ ਵੀ ਫੇਰਾ ਮਾਰਨ ਆਇਆ ਮੈਂ ਕਿਹਾ ਚਲੋ ਨਾਲ ਹੀ ਇੱਕ ਵੀਡੀਓ ਹੋ ਜੇ ਦੋਸਤਾਂ ਨੂੰ ਵਖਾਈ ਜਾਏ ਪਾਕਿਸਤਾਨ ਵਿੱਚ ਤੇ ਬਹੁਤ ਮਹਿੰਗਾਈ ਹੋ ਗਈ ਹੈ ਜੀ ਡੀਜ਼ਲ ਪੈਟਰੋਲ ਜਿਹੜਾ 210 ਰੁਪਏ ਲੀਟਰ ਹੋ ਗਿਆ ਜੀ ਇਹ ਚੰਗੀ ਇੰਪੋਰਟਡ ਹਕਮਤ ਆਈ ਹੈ ਹੈ ਇਹਨੇ ਜਨਾਬ ਮੇਰੀ ਤਬਾਈ ਮਚਾ ਦਿੱਤੀ ਹੈ ਪਾਕਿਸਤਾਨ ਵਿੱਚ ਤੇ ਮੇਰੀ ਦੁਆ ਹੈ ਕਿ ਅੱਲਾ ਕਰੇ ਤੇ ਜਿੱਥੇ ਜਿੱਥੇ ਆਏ ਹੋ ਚੰਗੀ ਕਮਾਈ ਕਰੋ ਤਾਂ ਕਿ ਤੁਹਾਡੇ ਘਰ ਵਾਲੇ ਖੁਸ਼ ਹੋਣ ਤੁਸੀਂ ਉਹਨਾਂ ਵਾਸਤੇ ਕੋਈ ਚਾਰਾ ਨੇ ਕਮਾਓ ਭੇਜੋ ਮੇਰੀ ਇਹ ਦੁਆ ਹੈ ਕਿ ਅੱਲਾ ਕਰੇ ਤੇ ਜਿੱਥੇ-ਜਿੱਥੇ ਆਏ ਉਹ ਦਿਲ ਲਾ ਕੇ ਕੰਮ ਕਰੋ ਚੰਗੀ ਕਮਾਈ ਕਰੋ ਘਰਦਿਆਂ ਨੂੰ ਚੰਗੇ ਪੈਸੇ ਭੇਜੋ ਤਾਂ ਕਿ ਘਰ ਦੇ ਤੁਹਾਡੇ ਅੱਛਾ guzara ਕਰ ਸਕਣ ਇਸ ਹਕੂਮਤ ਨੇ ਜੀਣਾ ਮਾਹੌਲ ਕਰ ਦਿੱਤਾ ਜੀ عوام ਦਾ ਕੋਈ ਜੀਵਨ ਨਹੀਂ ਕਿਸੇ ਗਰੀਬ ਦਾ ਛੱਡਿਆ ਕਿਸੇ ਗਰੀਬ ਦਾ ਕੋਈ ਜੀਵਨ ਛੱਡਿਆ ਹੀ ਨਹੀਂ ਇਸ ਹਕੂਮਤ ਨੇ ਬਹੁਤ ਅੱਛਾ ਮਾਹੌਲ ਹੈ ਜੀ ਪਿੰਡ ਦਾ ਵੇਖੋ ਜੀ ਆਹ ਪੱਠੇ ਨੇ ਜਨਾਬ ਉਹ ਮੱਝਾਂ ਨੇ ਜੇ ਇਸ ਤਰ੍ਹਾਂ ਦੀ ਕਿਸੇ ਨੂੰ ਵੀਡੀਓ ਅੱਛੀ ਲੱਗਦੀ ਹੋਵੇ ਕੋਈ ਮੈਨੂੰ ਕਮੈਂਟ ਕਰਕੇ ਦੱਸ ਸਕਦਾ ਹੈ ਹੋਰ ਜਿੱਥੋਂ ਤੱਕ ਮੇਰੀ ਪਹੁੰਚ ਹੋਈ ਮੈਂ ਇਨਸ਼ਾਅੱਲਾ ਜ਼ਰੂਰ ਭਰਾਵਾਂਗੇ ਪੇਸ਼ ਕਰਾਂਦਾ ਵੀਡੀਓ ਇਸ ਤੋਂ ਇਲਾਵਾ ਕਮਰਬਾਸ ਮੁਗਲ ਨੂੰ ਦਿਓ ਇਜਾਜ਼ਤ ਅੱਲਾ ਸੋਹਣੇ ਦੇ ਹਵਾਲੇ